दैनिक सवेरा अंधेरे से उजाले की ओर। जंडियाला गुरु स्थित सेंट सोल्जर कॉन्वेंट स्कूल में वार्षिक समागम करवाया गया, जिसमें पंजाब के चेयरमैन अनवर मसीह ने बतौर मुख्य अतिथि शिरकत की। इस दौरान स्कूल विद्यार्थियों द्वारा रंगारंग कार्यक्रम पेश कर उपस्थित गणमान्यों का मनोरंजन किया गया। समारोह में उपस्थित गणमान्यों द्वारा बच्चों को पुरस्कार भी वितरित किए गए। इस मौके पर मंगल सिंह किशनपुरी सहित स्कूल का अन्य स्टाफ भी मौजूद था। ਸਾਡਾ 17ਵਾਂ ਐਨੂਅਲ ਫੰਕਸ਼ਨ ਹੈ ਸੇਂਟ ਸੋਲਜਰ ਸਕੂਲ ਨੂੰ 17 ਸਾਲ ਹੋ ਗਏ ਬੜੇ ਨੂੰ, ਔਰ ਹਰ ਸਾਲ ਬੱਚਿਆਂ ਦਾ ਐਨੂਅਲ ਫੰਕਸ਼ਨ ਹੀ ਕਰਾਉਂਦੇ ਹਾਂ। ਇਹ ਸਾਡਾ ਅੱਜ ਕਿੰਡਰਗਾਰਟਨ ਬ੍ਰਾਂਚ ਦਾ ਫੰਕਸ਼ਨ ਹੈ ਛੋਟੇ ਬੱਚਿਆਂ ਦਾ, ਔਰ ਬੱਚਿਆਂ ਨੂੰ ਅੱਜ ਨਿਰੀਖਣ ਕਰਨ ਵਾਸਤੇ ਅਨਵਰ ਮਸੀਹ ਜੀ ਔਰ ਸਰਦਾਰਨੀ ਤੇਜ ਸਿੰਘ ਜੀ ਉਹ ਆਏ ਹੈ। ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਮਾਣ ਬਖਸ਼ਿਆ, ਔਰ ਬਹੁਤ ਸਾਰੇ ਪੇਰੈਂਟਸ ਬੱਚਿਆਂ ਦੇ ਆਏ ਹੈ, ਉਹ ਵੀ ਧੰਨਵਾਦੀ ਨੇ। ਅਸੀਂ ਧੰਨਵਾਦ ਕਰਦੇ ਉਹਨਾਂ ਦਾ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੇਖਣ ਵਾਸਤੇ, ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਬੱਚੇ ਨਿੱਕੇ ਨਿੱਕੇ ਬੱਚਿਆਂ ਨੂੰ ਵਰਲਡ ਕਲਾਸ ਐਜੂਕੇਸ਼ਨ ਪ੍ਰੋਵਾਈਡ ਕਰੀਏ, ਹਾਈਟੈਕ ਐਜੂਕੇਸ਼ਨ ਪ੍ਰੋਵਾਈਡ ਕਰੀਏ। ਉਹਦੇ ਵਾਸਤੇ ਅਸੀਂ ਇਹਨਾਂ ਵਾਸਤੇ ਔਨਲਾਈਨ ਸਿਸਟਮ ਸ਼ੁਰੂ ਕੀਤਾ ਹੈ। ਬਹੁਤ ਵਧੀਆ ਸਕੂਲ ਦਾ ਮੈਨੇਜਮੈਂਟ, ਸਕੂਲ ਦਾ ਜਿਹੜਾ ਪ੍ਰੋਗਰਾਮ ਹੈ ਬਹੁਤ, ਮੈਂ ਤਾਂ ਇਹ ਕਹਿੰਦਾ ਇਹਨਾਂ ਨੇ ਮਗਰ ਆਪਣੇ ਦਿਲੋਂ ਜਾਣ ਨਾਲ ਟੀਚਰ ਸਾਹਿਬਾਨ ਨੇ ਪੂਰੀ ਮਿਹਨਤ ਕਰਕੇ ਅੱਜ ਨੰਨੇ ਮੁੰਨੇ ਬੱਚਿਆਂ ਦੇ ਸਾਹਮਣੇ ਬਹੁਤ ਅੱਛਾ ਉਹਨਾਂ ਨੇ ਪਲੇਅ ਕੀਤਾ।